ਡੈਡੀ ਜੀ ਹਾਂਜੀ ਸੱਦਿਆ ਤੈਨੂੰ ਮੈਨੂੰ? ਨਹੀਂ ਮੈਂ ਸੱਦਿਆ, ਮੈਂ ਤਾਂ ਬਾਹਰੋਂ ਆਇਆ ਵਾਂ। ਮੰਮੀ ਕਹਿਣ ਡਈ ਵੀ ਸੱਦਿਆ ਡੈਡੀ ਨੂੰ। ਉਹ ਤਰ੍ਹਾਂ ਡਈ ਹੋਈ ਕਰਨ ਮੈਨੂੰ ਵੀ ਮੰਮੀ, ਤੇ ਹੁਣ ਮੇਰੀ ਗੱਲ ਸੁਣ ਜੇ ਆ ਹੀ ਗਿਆ ਵਾ ਨਾ। ਹਾਂ ਉਹ ਬੰਬੀ ਚੱਲਣ ਡਈ ਉਹ, ਤੇ ਉਹ ਨਾ ਦੂਜੇ ਖੱਤੇ 'ਚ ਬੰਨਿਆ ਜਾ ਕੇ। ਚਲੋ ਮੈਂ ਠੀਕ ਆ, ਠੀਕ ਆ। ਭਾਬੀ ਜੀ ਆ ਮੈਨੂੰ ਦੱਸਿਓ, ਆ ਮੈਨੂੰ ਸਮਝ ਹੀ ਨਹੀਂ ਆਉਣ ਡੀ, ਕਦੋਂ ਦੀ ਕੋਸ਼ਿਸ਼ ਕਰਨ ਡੀ ਆ ਸਮਝਣ ਦੀ। ਅਮਨ ਜਿੱਦਾਂ ਤੂੰ ਕਰਨ ਦੀ ਆ ਨਾ, ਏਦਾਂ ਤੈਨੂੰ ਨੀ ਯਾਦ ਹੋਣਾ, ਤੂੰ ਤੇ ਦਈਆਂ ਰੱਟੇ ਲਾਉਣ, ਰੱਟੇ ਨਾ ਨਾ ਲਾ। ਇਹਨੂੰ ਸਮਝ ਭੀ ਇਹਦੇ ਵਿੱਚ ਕੀ ਦੱਸਣ ਦੀ ਕੋਸ਼ਿਸ਼ ਕਰਨ ਦੀ, ਤੇ ਫਿਰ ਉਹਨੂੰ ਆਪਣੇ ਆਪ ਲਿਖੀ, ਫਿਰ ਤੈਨੂੰ ਯਾਦ ਹੋਣਾ ਵਾ। ਜੇ ਤੂੰ ਸੇਮ ਕਰਨ ਦੀ ਕੋਸ਼ਿਸ਼ ਕਰੇਗੀ ਨਾ, ਉਹ ਤੇਰੇ ਤੋਂ ਨਹੀਂ ਹੋਣਾ। ਮਾੜਾ ਜੇ ਭਾਬੀ ਜੀ ਮੈਨੂੰ ਸਮਝਾ ਦਿਓ। ਹਾਂ ਤੁਸੀਂ ਥੋੜ੍ਹਾ ਜਿਹਾ ਸਮਝਾਓਗੇ ਫਿਰ ਸ਼ਾਇਦ ਮੈਨੂੰ ਪਤਾ ਲੱਗ ਜੇ। ਪੜ੍ਹਨ ਡਈ ਮੇਰੀ ਧੀ? ਹਾਂ ਮੰਮੀ ਪੜ੍ਹਨ ਡਈ ਆ, ਪਰ ਔਖਾ ਹੀ ਬੜਾ, ਮੈਨੂੰ ਸਮਝ ਹੀ ਨਹੀਂ ਆਉਂਦੀ। ਭਾਬੀ ਜੀ ਨੂੰ ਕਹਿਣ ਪੀ ਭਾਬੀ ਜੀ ਮੈਨੂੰ ਦੱਸ ਦੋ। ਮੰਮੀ ਇਹਨੂੰ ਮੈਂ ਬੜੀ ਵਾਰੀ ਕਿਹਾ ਕਿ ਸਮਝਣ ਦੀ ਕੋਸ਼ਿਸ਼ ਕਰ ਪੀ ਕੀ ਇਹਦੇ ਵਿੱਚ ਲਿਖਿਆ ਵਾ, ਤੇ ਉਹਨੂੰ ਆਪਣੇ ਤਰੀਕੇ ਨਾਲ ਲਿਖ। ਇਹ ਸੇਮ ਡਿਟੋ ਲਿਖਦੀ ਫਿਰ ਇਦਾਂ ਥੋੜੀ ਨਾ ਹੋਣਾ। ਇਹ ਕਾਲੀ ਬੜੀ ਆ, ਹਰ ਕੰਮ ਨੂੰ ਆਂਦੀ ਬਸ ਕਾਲੀ ਕਰਕੇ ਕਰ ਲਾ। ਕੁਝ ਚੀਜ਼ਾਂ ਹੁੰਦੀਆਂ ਦਿਮਾਗ 'ਚ ਪਾਉਣੀਆਂ ਪੈਂਦੀਆਂ ਵਾ, ਠੀਕ ਆ ਨਾ? ਮੰਮੀ ਮੈਂ ਕੀ ਕਰਾਂ ਹੁਣ, ਇੰਨਾ ਸਿਲੇਬਸ ਆ, ਕੀ ਕੀ ਦਿਮਾਗ 'ਚ ਪਾਵਾਂ ਮੈਂ? ਉਹ ਕੋਈ ਨਹੀਂ, ਪੈ ਜਾਊਗਾ। ਮੇਰੇ ਦੇ ਹੈਡਿੰਗਾਂ ਯਾਦ ਕਰ ਲਾ, ਬਸ ਇੰਨੀਆਂ ਹੀ ਬੜੀਆਂ ਵਾ। ਨਹੀਂ ਮੇਰੀ ਗੱਲ ਸੁਣੋ ਦੋਵੇਂ ਜਾਣੀਆਂ, ਤੁਹਾਨੂੰ ਨਵੀਂ ਤਾਜ਼ੀ ਗੱਲ ਦੱਸਾਂ ਅੱਜ ਮੈਂ ਤਾਂ ਜਾਣ ਡਈ ਅੰਦਰ, ਹੈਂ, ਤੇ ਮੇਰੀ ਪੈ ਗਈ ਝਾਤੀ। ਨਹੀਂ ਆਪਾਂ ਕਿਹੜੇ ਨਿਆਣੇ ਨਹੀਂ ਜੰਮੇ, ਇਹ ਕਿਹੜਾ ਲੋਕ ਅੱਜ ਜੰਮਣ ਲੱਗੀ ਆ, ਤੇ ਫੜ ਫੜ ਨਖਾਤਾ ਤੇ ਮੂੰਹ 'ਚ ਬੁਰਕੀਆਂ ਪਾਉਣ ਡਿਆ, ਹੈ ਕੋਈ ਗੱਲ ਕਰਨ ਵਾਲੀ? ਪਰ ਮੰਮੀ ਮੈਂ ਹੈਡੀ ਕੋਈ ਗੱਲ ਤੇ ਹੈ ਨਹੀਂ ਆ, ਇਹਦੇ ਵਿੱਚ ਗੁੱਸਾ ਮੰਮੀ ਨਾਲ ਹੀ ਕੋਈ ਗੱਲ ਨਹੀਂ ਚੱਲਦਾ ਕੋਈ ਨਹੀਂ ਵੀ ਸਵਾਹ ਚੱਲਦਾ ਵਾ। ਤੁਹਾਡੀ ਜਿਹੜੀ ਦਾਦੀ ਸੱਸ ਸੀਗੀ ਆ ਪਿੰਦਰ ਹੋਣ ਵਾਲਾ ਸੀ ਨਾ, ਲੈ ਪੇ ਮੈਨੂੰ ਇੱਕ ਮਿੰਟ ਨਹੀਂ ਮੰਜੀ ਤੇ ਬੈਠ ਦਿੰਦੀ, ਕਦੀ ਗੋਹਾ ਸੁੱਟ ਲਾ, ਕਦੀ ਗੋਹਾ ਫੇਰ ਲਾ। ਆਹ ਤਾਂ ਹੁਣ ਪੂਚਾ ਲੱਗਣੇ ਫਰਸ਼ ਪੈ ਗਿਆ ਨਾ, ਤੇ ਸਾਡੇ ਵਾਲੀ ਕਹਿੰਦਾ ਸੀ ਪੁੱਤ ਸਾਡੇ ਵਾਰੀ ਸਾਰਾ ਪੋਚਾ ਫੇਰਨਾ ਪੈਂਦਾ ਹੁੰਦਾ ਸੀ, ਤੇ ਮਰ ਜਾਂਦੀ ਹੁੰਦੀ ਸਾਰਾ ਸਾਰਾ ਦਿਨ ਮੈਂ, ਤੁਹਾਨੂੰ ਕੀ ਪਤਾ ਵਾ। ਤੇ ਆਹ ਨਵੇਂ ਲੱਛਣ ਵੇਖਣ ਡਈ ਆ, ਚੱਕ ਚੱਕ ਬੁਰਕੀਆਂ ਦੇ ਮੂੰਹ 'ਚ ਪਾਉਣ ਡਿਆ ਵਾ। ਉਹ ਤੇ ਮੰਮੀ ਚਲੋ ਕੋਈ ਗੱਲ ਨੀ ਆ, ਮੈਂ ਸੋਚਦੀ ਜੇ ਕਿਤੇ ਦੀਦੀ ਹੋਰ ਸੋਹਣੇ ਹੁੰਦੇ ਤੇ ਫੇਰ ਭਾਜੀ ਕੀ ਕਰਦੇ ਨਾਲ ਤੇ ਹੱਥਾਂ ਤੇ ਚੁੱਕੀ ਫਿਰਿਆ ਕਰਨਾ ਸੀ ਉਹਨਾਂ ਨੇ, ਹੱਥਾਂ ਤੇ ਨੀ ਸਿਰ ਤੇ। ਆ ਮੰਮੀ ਗੱਲ ਤੇ ਭਾਬੀ ਜੀ ਸਹੀ ਆ, ਆਹੋ ਸਿਰ ਤੇ ਬਿਠਾ ਲੈਣੀ ਸੀਗੀ। ਕਿੰਨਾ ਕਰਦੇ ਉਹਨਾਂ ਦਾ, ਤੇ ਪਿੰਦਰ ਹੁਣੀ ਸਾਨੂੰ ਕਵਾ ਕੇ ਨੀ ਖੁਸ਼ ਹੈਗੀ? ਲੈ ਦੱਸ ਤੂੰ ਐਵੇਂ ਨਾ ਤਾਨੇ ਮਾਰਿਆ ਕਰ ਪਿੰਦਰ ਨੂੰ, ਬਥੇਰਾ ਚੰਗਾ ਪਿੰਦਰ। ਭਾਬੀ ਨਾਲੇ ਮੂੰਹ 'ਚ ਬੁਰਕੀਆਂ ਪਾਉਣ ਡੀ ਬੰਦੇ ਆਪਣੇ ਕੋ, ਮੈਨੂੰ ਬੁਲਾਇਆ ਵਾ ਤੇ ਡੈਡੀ ਕਹਿੰਦੇ ਨਹੀਂ ਨਹੀਂ ਮੈਂ ਨੀ ਬੁਲਾਇਆ, ਤੇ ਕਹਿੰਦੇ ਮੰਮੀ ਕਹਿੰਦੇ ਤੇਰੇ ਡੈਡੀ ਬੁਲਾਉਂਦੇ ਆ। ਤੇ ਕੀ ਕਰਦੀ ਫਿਰ ਮੈਂ, ਮੈਨੂੰ ਤਾਂ ਗੁੱਸਾ ਹੀ ਚੜ ਗਿਆ ਵੇਖ ਕੇ, ਤੇ ਮੇਰਾ ਤਾਂ ਜਦ ਜੀ ਕਰੇ ਫਿਰ ਜੂੰਡਾ ਜਾ ਪੁੱਟਦਾ ਇਹਦਾ ਫੜ ਕੇ, ਕਿੱਦਾਂ ਬੈਠੀ ਬੁਰਕੀਆਂ ਖਾਣ ਡਈ ਹੈ, ਕੋਈ ਸ਼ਰਮ ਦਾ ਘਾਟਾ? ਤੇ ਮੰਮੀ ਤੁਸੀਂ ਕੰਮੇ ਡਾਇਆ ਕਰੋ, ਹਾਂ ਬਥੇਰੇ ਵੇਲੇ ਰਹਿ ਲਿਆ ਇਹਨਾਂ ਨੇ। ਨਹੀਂ ਕੋਈ ਗੱਲ ਨੀ, ਮੇਰਾ ਵੀ ਧਿਆਨ ਹੋ ਗਿਆ, ਹੁਣ ਬਥੇਰੀਆਂ ਖਾ ਲੀਆਂ ਮੰਜੀ ਦੇ ਉੱਤੇ ਬਹਿ ਬਹਿ ਕੇ, ਹੁਣ ਇਹਦਾ ਜੂੰਡਾ ਜਾ ਫੜ ਕੇ ਨਾ ਦਵਨੀ ਆ ਕੰਮ ਇਹਨੂੰ ਮੈਂ, ਤੇ ਨਾਲੇ ਕੰਮ ਕਰਨ ਨਾਲ ਵਧੀਆ ਰਹੀਦਾ ਵਾ। ਜਿੱਦਾਂ ਬੈਠੇ ਰਹਿਣਗੇ ਬੈਡ ਤੇ ਚੜ ਕੇ ਫਿਰ ਇਹਨਾਂ ਨੇ ਆਰਡਰ ਹੀ ਮਾਰਦੇ ਰਹਿਣਾ ਵਾ। ਜੇ ਬੈਠੀ ਰੂ ਮੰਜੇ ਤੇ ਚੜ ਕੇ ਢਿੱਡੀ ਬੜਾਉਣਾ ਕੱਲ ਨੂੰ, ਹੈ ਸਿਆਣੇ ਆਉਂਦੇ ਹੁੰਦੇ ਜਿੰਨਾ ਕੰਮ ਕਰੋ ਉਹਨੇ ਵਧੀਆ ਰਹੀਦਾ ਵਾ। ਕੋਈ ਨੀ ਦਵਨੀ ਆ, ਮੇਰੇ ਕੋਲ ਕਿਹੜੀ ਬਰਦਾਸ਼ ਹੋਣ ਡਈ ਆ, ਚੜ ਕੇ ਬਹਿ ਰਹੀ ਸਾਰਾ ਦਿਨ ਕਾਲਾ ਜਿਹਾ ਬੂਥਾ ਕੱਢ ਕੇ, ਹੈ ਆ ਜਿਹੜਾ ਮੁੰਡਾ ਹੀ ਹੋ ਮੇਰਾ ਮਿੱਚ ਮਿੱਚ ਕਰਦਾ ਰਹਿੰਦਾ ਨਾ ਖੱਤਾ ਸਾਰਾ ਦਿਨ ਸਰਾਣੇ ਇਹਦੇ, ਇਹ ਕੋਈ ਗੱਲੋ ਕਰਨੇ ਆ ਜੰਮਣ ਲੱਗੀ ਆ, ਹੱਦੀ ਹੋ ਗਈ ਇਹਨਾਂ ਵਾਲੀ ਤੇ। ਮੰਮੀ ਆਹੋ ਇਹ ਵੀ ਗੱਲ ਸਹੀ ਆ ਵੀ ਇਹਨੇ ਬਹੁਤਾ ਹੀ ਸਿਰ ਚਾੜਿਆ ਭਾਬੀ ਨੂੰ। ਉਹ ਤੇ ਮੈਂ ਕਹਿਣ ਡਈ ਆ, ਮੇਰੇ ਤੇ ਦਿਮਾਗ ਦੀ ਨਾੜ ਹੀ ਫਟ ਜਾਣੀ ਆ ਵੇਖ ਵੇਖ ਕੇ ਵੀ ਕੀ ਬਣ ਡਿਆ ਸਾਡੇ ਘਰ 'ਚ, ਅਲੋਕਾਰੀ ਕੰਮ ਵੇਖੇ ਆ ਮੈਂ ਤੇ। ਉੱਤੋਂ ਕਹਿੰਦਾ ਉਹਨੂੰ ਕੰਮ ਨਹੀਂ ਡਾਉਣਾ। ਹਾਂ ਕੰਮ ਨਹੀਂ ਡਾਉਣਾ ਇਹਨੇ, ਤਿੰਨੀ ਨੂੰ ਲੰਗਰ ਮੈਂ ਪਕਾ ਕੇ ਅੱਜ ਰਾਤ ਵੇਖੀਆਂ ਕਿੱਦਾਂ ਡੰਮੀ ਆ।
ਫੜਨੀ ਆ ਨਾ ਗੋਤੇ ਦੀ ਜਾ ਕੇ ਮੈਂ, ਤੁਸੀਂ ਵੀ ਸੁਣ ਲਓ ਮੇਰੀ ਗੱਲ ਹੁਣ ਚੁੱਪ ਕਰਕੇ, ਜਿੰਨਾ ਕਰ ਲਿਆ ਬਹੁਤ ਵਾ, ਹੁਣ ਮੈਂ ਵੇਖੂੰਗੀ ਵੀ ਕੀ ਨਹੀਂ ਕਰਦੀ ਹੈ, ਮੈਨੀ ਆ ਨਾ ਜਾ ਕੇ ਕਿੱਥੇ ਚੜ੍ਹ ਕੇ ਬੈਠੀ ਆ ਹੁਣ ਪੜ੍ਹਨਾ ਹੁਣ ਤੇ ਮੰਮੀ ਵੱਲ ਹੀ ਵੇਖੀ ਜਾਣਾ ਵਾ। ਪੜ੍ਹਨ ਡੀ ਆ ਭਾਬੀ, ਮੰਮੀ ਵੀ ਗੱਲਾਂ ਚ ਲਾ ਦਿੰਦੇ ਆਣ ਕੇ ਮੈਨੂੰ ਵੀ। ਮੁੱਕਾ ਨੀ ਤੇਰਾ ਕੰਮ ਕਰ ਅਜੇ? ਕੰਮ ਤਾਂ ਮੁੱਕ ਗਿਆ, ਥੋੜਾ ਜਿਹਾ ਰਹਿੰਦਾ ਤੇ ਮੈਂ ਚੱਲ ਇਹ ਵੀ ਮੁਕਾ ਹੀ ਲਵਾਂ। ਮੇਰੀ ਗੱਲ ਸੁਣ, ਮੈਂ ਕਿਹਾ ਚੱਲ ਹੁਣ ਮੇਰੀ ਵੀ ਥੋੜੀ ਸਿਹਤ ਠੀਕ ਹੋਈ ਆ ਤੇ ਮੇਰੇ ਕੰਮ ਕਾਰ ਵੀ ਥੋੜੇ ਜਿਹੇ ਸੈੱਟ ਨੇ ਹੁਣ, ਤੇ ਮੈਂ ਚੱਲ ਵਿਹਲ ਹੈਗਾ ਮੇਰੇ ਕੋਲ ਅੱਜ ਤੇ ਆਪਾਂ ਚੱਲੀਏ ਹਾਂ ਜੀ ਕੁੜੀ ਨੂੰ ਮਿਲਾਈਏ ਜਾ ਕੇ। ਜੀ ਤੇ ਮੇਰਾ ਵੀ ਬਥੇਰਾ ਕਰਨ ਡਿਆ ਸੀ, ਪਰ ਜੇ ਤੁਸੀਂ ਆਉਂਦੇ ਜੇ ਨਾ ਇੱਕ ਵਾਰੀ ਫਿਰ ਉਹਨਾਂ ਨੂੰ ਫੋਨ ਕਰਕੇ ਪੁੱਛ ਲਈਏ ਨਾ ਕਿਤੇ ਗਏ ਹੋਣ ਤੇ ਸਾਨੂੰ ਫੇਰਾ ਹੀ ਪੈ ਜੇ। ਤੂੰ ਫੋਨ ਤੇ ਗੱਲ ਕਰ ਲਾ ਤੇ ਜਿਹੜਾ ਨਿੱਕਾ ਮੋਟਾ ਕੰਮ ਹੈਗਾ ਇਹਨੂੰ ਸਾਂਭ ਲਾ। ਚੱਲ ਕੋਈ ਨਹੀਂ, ਮੈਂ ਟਾਈਮ ਨਾਲ ਜਾਵਾਂਗੇ ਨਾ ਤੇ ਲੋਏ ਲੋਏ ਮੁੜ ਆਵਾਂਗੇ। ਆ ਠੀਕ ਹੈ, ਸ਼ਰਨ ਨੂੰ ਨਾ ਕਰਨੀ ਹੈ ਨਾ ਗੱਲ, ਸ਼ਰਨ ਨੂੰ ਦੱਸ ਦੇ ਵੀ ਆਉਣਾ ਵਾ। ਠੀਕ ਹੈ ਠੀਕ ਹੈ, ਤੇ ਮੈਨੂੰ ਦੱਸੀ ਫਿਰ ਕੀ ਜਾਂਦੇ ਆ। ਕੋਈ ਨਹੀਂ ਮੈਂ ਦੱਸ ਦਿੰਦੀ ਆ, ਥੋੜਾ ਜਿਹਾ ਝਾੜੂ ਮਾਰ ਲਵਾਂ। ਹੈ ਮਾਰ ਲਾ ਮਾਰ ਲਾ, ਨਿਬੇੜ ਕੰਮ ਜਿਹੜਾ ਹੈਗਾ ਵਾ ਕਰ ਲਾ। ਇਹਦਾ ਫੋਨ ਆ ਗਿਆ, ਮੰਮੀ ਦਾ ਫੋਨ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਠੀਕ ਠਾਕ ਆ, ਤੁਸੀਂ ਸੁਣਾਓ? ਹਾਂਜੀ ਸਭ ਠੀਕ ਠਾਕ ਨੇ। ਅੱਛਾ ਹੁਣ ਆਉਣ ਲੱਗੇ ਜੇ? ਠੀਕ ਆ ਠੀਕ ਆ। ਹਾਂਜੀ ਹਾਂ ਹਾਂ, ਕੋਈ ਨਹੀਂ ਕੋਈ ਨਹੀਂ, ਆ ਜਾਓ। ਮੈਂ ਵੀ ਦੱਸਦੀ ਹਾਂ ਇਹਨਾਂ ਨੂੰ, ਆਪੇ ਕੁਛ ਲੈ ਕੇ ਆਉਂਦੀ ਚਾਹ ਪਾਣੀ ਦਾ। ਕਿਉਂ ਦੱਸ? ਹਾਂ ਆਉਣਾ ਵਾ ਤੇ ਕੋਈ ਖਾਣਾ ਪੀਣਾ ਨਹੀਂ ਕਾ ਤੁਸੀਂ? ਇੰਨਾ ਕਦੇ ਬਣਦਾ ਹੀ ਆ ਹਟਾ। ਜਦੋਂ ਤੱਕ ਆਉਣਾ ਤੁਸੀਂ? ਠੀਕ ਆ ਠੀਕ ਆ। ਹਾਂਜੀ ਕੋਈ ਨਹੀਂ, ਚੱਲ ਆ ਜਾਓ, ਮੈਂ ਦੱਸਦੀ ਹਾਂ। ਹਾਂਜੀ ਚਲੋ ਠੀਕ ਆ, ਇਹਨਾਂ ਨੂੰ ਦੱਸ ਕੇ ਆਉਂਦੀ ਹਾਂ। ਮੰਮੀ ਹੁਣੇ ਆਉਣ ਲੱਗੇ ਆ। ਇਹ ਕਿੱਥੇ ਚਲ ਗਿਆ ਹੁਣ, ਇਹ ਦੱਸ ਕੇ ਵੀ ਨਹੀਂ ਜਾਂਦੇ। ਤੁਸੀਂ ਕਿੱਥੇ ਗਏ ਸੀਗੇ? ਮੈਂ ਮੋਟਰ ਤੇ ਗਿਆ ਸੀਗਾ। ਠੀਕ ਆ, ਤੇ ਮੈਂ ਮੰਮੀ ਹੁਣਾਂ ਦਾ ਫੋਨ ਆਉਣ ਡਿਆ ਸੀਗਾ। ਕੀ ਜਾਂਦੇ? ਕੁਛ ਨਹੀਂ, ਕਹਿੰਦੇ ਆਉਣ ਲੱਗੇ ਆ। ਫਿਰ ਤੇ ਵਧੀਆ ਗੱਲ, ਕਦੋਂ ਆਉਣਾ ਵਾ? ਹੋਰ ਘੜੀ ਤੱਕ ਆ ਜਾਂਦੇ ਤੇ ਕੋ ਮੈਂ ਖਾਣ ਨੂੰ ਲੈ ਆਉਂਦੇ ਹਾਂ ਚਾਹ ਨੂੰ। ਹੈਨੀ ਕੋ? ਹੈਨੀ, ਮੁੱਕਾ ਵਾ ਸਾਰਾ ਸਮਾਨ। ਚਲ ਕੋਈ ਨਹੀਂ, ਮੈਂ ਲੈ ਕੇ ਆਉਣਾ। ਬੜੀ ਛੇਤੀ ਮੋਟਰਸਾਈਕਲ ਫੜ ਕੇ ਓਹੋ ਜੀ ਇਹ ਆ ਆ ਜਾਂਦੀ, ਕੰਨਾਂ ਚ ਵਾਲੇ ਪਾਉਣ, ਮੈਂ ਤੇਰੇ ਮਾਂ ਪਿਓ ਕੋ ਯੈਲੋ ਕਾਰ ਆਉਣੇ ਆ। ਹੈ ਦੱਸ ਮੰਮੀ ਹੁਣ ਕਿਸੇ ਦੇ ਮੱਥੇ ਵੱਟ ਥੋੜਾ ਪਾਈਦਾ ਵਾ, ਹੁਣ ਉਹਨਾਂ ਨੂੰ ਕਿਵੇਂ ਕਹੂੰਗੀ? ਨਾ ਹੁਣ ਤੇਰੇ ਕੋ ਮੱਤਾਂ ਲੈਣੀਆਂ ਮੈਂ, ਕੀ ਕਹੂੰਗੀ ਉਹਨਾਂ ਨੂੰ ਮੈਂ? ਮੰਮੀ ਮੇਰੀ ਗੱਲ ਸੁਣ, ਜੇ ਆਉਂਦੇ ਆ ਤੇ ਉਹ ਕਿਹੜੇ ਰੋਜ਼ ਆਉਂਦੇ ਆ, ਕਿਤੇ ਆ ਗਏ ਆ ਤੇ ਫਿਰ ਕੀ ਹੋ ਗਿਆ ਵਾ? ਅਸੀਂ ਕਿਹੜਾ ਰੋਜ਼ ਤੁਰੇ ਆ ਵੇ? ਹੈ ਅਸੀਂ ਤੇ ਸੁੱਖ ਨਾਲ ਤੇ ਕੁੜਮ ਲੱਗਨੇ ਆ ਮੁੰਡੇ ਵਾਲੇ, ਆਪਾਂ ਸਾਡੀ ਸੇਵਾ ਕਰਨੀ ਬਣਦੀ ਆ, ਪਰ ਉਹਨਾਂ ਦਾ ਹਾਲ ਵੇਖ ਲਾ, ਫੋਕਾ ਪਾਣੀ ਸਾਡੇ ਮੱਥੇ ਮਾਰਦੇ ਜਾਂਦੇ ਆ, ਉਹਨਾਂ ਨੂੰ ਤਿੰਨਾ ਨੀ ਪਤਾ ਵੀ ਚੱਲ ਇਹ ਕਿਹੜਾ ਕਦੀ ਤੁਰੇ ਆ, ਆਹ ਬੜੀ ਛੇਤੀ ਆ ਗਈ ਇਹਦੇ ਵੱਲ, ਉਹਨਾਂ ਨੂੰ ਮਤ ਦੇ ਦਿਆ ਕਰ ਕਿਤੇ। ਤੁਸੀਂ ਤਾਂ ਲੜਨਾ ਹੀ ਹੁੰਦਾ, ਹਰ ਗੱਲ ਤੇ ਲੜਨਾ ਹੁੰਦਾ ਵਾ, ਤੁਸੀਂ ਕੀ ਚਾਹੁੰਦੇ ਵੀ ਹੁਣ ਉਹ ਤੇ ਮੈਂ ਕੋਈ ਚਾਹ ਪਾਣੀ ਦੇ ਨਾਲ ਕੁੱਖ ਨਾ ਪਿਆ ਲਾਉਣਾ ਨੂੰ? ਤੁਸੀਂ ਉਹਨੂੰ ਕਹਿੰਦੇ ਹੋ? ਤੁਸੀਂ ਉਹਨੂੰ ਕਹਿੰਦਾ ਸਾਰਾ ਸਿਆਪਾ
ਉਹਦਾ ਸਾਪਾ ਵਾ, ਰਹਿਣ ਦੋ ਨਾ ਲਿਆ ਕੀ ਰਹਿਣ ਦੋ ਕਿਉਂ ਨਾ ਲਿਆ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਲਾ ਲੀਆਂ ਵੰਗਲਾ ਤੇ ਹੁਣ ਉਹਨੂੰ ਡੈਪੀ ਆ ਕਹਿਣ ਚੁੱਪ ਕਰੋ ਚੁੱਪ ਕਰੋ ਹਾਂ ਮੰਮੀ ਉਹਨੂੰ ਨਾ ਕਿਆ ਕਰੋ ਇਦਾਂ ਤੂੰ ਚੁੱਪ ਕਰ ਜਾ ਖਾਏਗਾ ਮੇਰੇ ਕੋ ਹੁਣ ਵਿਆਹ ਹੋਇਆ ਇਹੋ ਕੋਈ ਕਰਨਾ ਹੋਰ ਕੀ ਤੁਸੀਂ ਕਰਨਾ ਇਹੋ ਕਰਨਾ ਮੈਂ ਇੱਥੇ ਰਹਦੇ ਮੋਟਰਸਾਈਕਲ ਕਿਦਾਂ ਜਾਣਾ ਤੇ ਜੇ ਉਹਨਾਂ ਦੇ ਕੋਈ ਆ ਗਿਆ ਤੇ ਫਿਰ ਤੁਸੀਂ ਭਲਾ ਪਿਆਲ ਲਿਓ ਉਹਨਾਂ ਨੂੰ ਕਿਦਾਂ ਪਿਆਲ ਦੇ ਚੁੱਕ ਚੁੱਕ ਕੱਪ ਮਾਰੂੰਗਾ ਫਿਰ ਮੈਂ ਬਾਹਰ ਲੈ ਤੇਰੇ ਤੈਨੂੰ ਪੁੱਛਣ ਦੀ ਲੋੜ ਨਹੀਂ ਕੀ ਫਿਰ ਕਿਉਂ ਪੁੱਛਣ ਦੀ ਲੋੜ ਨਹੀਂ ਜਦੋਂ ਮੇਰੇ ਹੋਣ ਤੇ ਫਿਰ ਉਹਨਾਂ ਨਾਲ ਵੀ ਉਦਾਂ ਚੱਲਿਆ ਕਰੋ ਚੁੱਪ ਕਰ ਜਾ ਜ਼ੁਬਾਨ ਬੰਦ ਕਰ ਆਪਣੀ ਜ਼ੁਬਾਨ ਬੰਦ ਕਰ ਆਪਣੀ ਪਤਾ ਮੈਨੂੰ ਉਹਨਾਂ ਦਾ ਵੱਡੇ ਅਮੀਰਾਂ ਦਾ ਜਦੋਂ ਆਪਾਂ ਗਏ ਹਾਂ ਸਾਰੇ ਕਿੰਨ ਚਾਹ ਪੁੱਛੇ ਨਹੀਂ ਕੋ ਕਿਉਂ ਨਹੀਂ ਪੁੱਛਿਆ ਵੇ ਪਤਾ ਮੈਨੂੰ ਸ਼ਾਮਾ ਕਰਦੇ ਅਗਲੇ ਕਰਦੇ ਆ ਠੀਕ ਸਾਹਿਬ ਜ਼ੁਬਾਨ ਨਾ ਚਲਾਉਣ ਆਪਣੇ ਸਭ ਕਰ ਰੱਖਿਆ ਤੁਸੀਂ ਵੇਖਾ ਕਿਦਾਂ ਚੁੱਪ ਕਰਾਉਂਦੀ ਆ ਉਹਨਾਂ ਨੂੰ ਬੜਾ ਸਮਝਦੇ ਜਿਹੜਾ ਪਰ ਇੱਕ ਡੇਗ ਰਾਜ ਵੇਖਿਆ ਨਾ ਸਭ ਕੋ ਜਾ ਕੇ ਹੈਗੇ ਹੈਗੇ ਠੀਕ ਆ ਨਾ ਤੇਰੇ ਤਰਾ ਜਿਹੜੇ ਥੰਮਣ ਨੇ ਡੇਗ ਡੇਗ ਅੰਦਰ ਨਹੀਂ ਰਾਂ ਦੇ ਮੇਰੇ ਵਾਸਤੇ ਆ ਜਾਈ ਜਾਓ ਸਾਰੇ ਸਿਆਪੇ ਦੀ ਜੜ ਤੇ ਆ ਵਕਾਲੀ ਜਿਹੜੇ ਸਿਆਪੇ ਪਾਏ ਉਹਨਾਂ ਤੁਸੀਂ ਕਿਆ ਕਰੋ ਬਾਲ ਬਾਲ ਮੈਂ ਤੁਹਾਨੂੰ ਅੱਗੇ ਵੀ ਕਿਹਾ ਵੀ ਤੁਹਾਨੂੰ ਪਤਾ ਵੀ ਆ ਕਿਦਾਂ ਦਾ ਟਾਈਮ ਆ ਉੱਤੇ ਮੈਂ ਇਦਾਂ ਹੀ ਕਹਿਣਾ ਹੀ ਇਦਾਂ ਹੀ ਕਰਾਂ ਮਰੂਗਾ ਕੋਈ ਘਰ ਚ ਫਿਰ ਚੁੱਪ ਰਹਿਣਾ ਇਦਾਂ ਨਹੀਂ ਰਹਿਣਾ ਚੱਲ ਤੇ ਬਕਵਾਸ ਬੰਦ ਕਰਨ ਦੇ ਮੇਰੇ ਕੋ ਹੋਣਾ ਹੀ ਅੱਜ ਕਰ ਲੋ ਜੋ ਹੁੰਦਾ ਕਰ ਲੋ ਫਿਰ ਅੱਜ ਹੋ ਜਾਵੇ ਅੱਜ ਹੋ ਹੀ ਜਾਵੇ ਤੋ ਜਿਆਦਾ ਨਹੀਂ ਵਧਣ ਦਿਆ ਕੋ ਦੱਸ ਨਹੀਂ ਤੇਰੇ ਕੋ ਮੇਰੇ ਸਾਹਮਣੇ ਇਹਨੂੰ ਇਦਾਂ ਨਹੀਂ ਬੋਲਣਾ ਨਾ ਉਹਨੂੰ ਕਾਲੀ ਕਾਲੀ ਦਾ ਕਰਨਾ ਬਟ ਮੈਂ ਅੱਜ ਕਹਤਾ ਜੇ ਤੁਹਾਨੂੰ ਲਾਸਟ ਵਾਰੀ ਸਿੱਧੀ ਗੱਲ ਮੈਂ ਬੋਲਣਾ ਆ ਤੇ ਤੂੰ ਜੋ ਕਰਨਾ ਕਰ ਬੋਲ ਫਿਰ ਹੁਣ ਨਾ ਹੁਣ ਖੁਸ਼ ਹੋ ਗਈ ਆ ਪੈ ਗਈ ਤੇਰੇ ਕਲੇਜੇ ਛੱਡ ਹੈ ਮਾਂ ਦੇ ਦੁਆਲੇ ਕਰਾ ਦੇ ਕੋਈ ਰਾਂ ਨਹੀਂ ਉਹਨੂੰ ਜੇ ਤੂੰ ਕਹਿੰਦੀ ਆ ਨਹੀਂ ਜਨਾ ਤੇ ਚੰਗਾ ਫਿਰ ਨਾ ਖੱਤਿਆ ਹੱਥ ਲਾਵੀ ਮਰ ਜਾ ਇਹਨੂੰ ਮੁੜ ਕੇ ਅੱਗ ਲਾ ਮੈਨੂੰ ਨਹੀਂ ਲਾ ਜਾਂ ਦਫਾ ਜਾ ਕਰ ਸਵੇ ਦਵਾ ਵਾ ਤੇ ਮੀਨਾ ਨਾ ਹਵੇ ਤੇ ਖਾਣ ਦਾ ਮਰ ਜਾ ਲੈਣੀ ਆ ਚਾਬੀ ਇਹਦੀ ਹੁਣ ਮੈਂ ਲਾਵੀ ਹੱਥ ਤੂੰ ਡਰ ਸੋਹਰੇ ਤੋਂ ਆਇਆ ਵਾ ਉਹੀ ਗੱਲ ਬਾਰ ਬਾਰ ਕਰੀ ਜਾਂਦਾ ਵਾ ਕਿੱਦਾਂ ਦੇ ਮਗਰ ਲੱਗਾ ਕਾਲੀ ਜੀ ਦੇ ਇੰਨੇ ਸਿਆਪੇ ਪਾਏ ਆ ਨਾ ਕਿੱਡੇ ਆਉਣ ਲੱਗੇ ਲੈਣ ਲਾੜ ਹੈ ਕਿੱਦਾਂ ਮੈਂ ਇਹਨਾਂ ਵਾਸਤੇ ਚਾਹ ਵੀ ਲੈ ਕੇ ਆਵਾਂ ਜੇ ਮੈਂ ਜਾਣ ਦਿੰਦੀ ਫਿਰ ਮੈਂ ਚੰਗੀ ਸੀਗੀ ਨਾ ਸਾਨੂੰ ਗਿਆ ਨੂੰ ਕਿੰਨਾ ਪੁੱਛਦੇ ਆ ਨਾ ਖਲੋ ਜਾ ਹੁਣ ਕਾਲੀਏ ਅੰਦਰ ਘੁੜ ਗਈ ਆ ਨਹੀਂ ਨਿਕਲ ਕਾਲੀਏ ਬਾਹਰ ਤੇਰੀ ਮੈਂ ਦੱਸਾਂ ਜਰਾ ਕਿ ਜੇ ਤੂੰ ਖਰਾਰਾ ਪਾਇਆ ਸਾਰੇ ਘਰ ਦੇ ਵਿੱਚ ਕਦੀ ਕਿਸੇ ਨੂੰ ਕੁਝ ਕਹਿਨੀ ਕਦੀ ਕਿਸੇ ਨੂੰ ਕੁਝ ਕਹਿਨੀ ਆ ਤੂੰ ਬਾਹਰ ਆ ਜਰਾ ਕਿ ਹੁਣ ਕੋ ਬੜੀ ਅੰਦਰ ਮੰਮੀ ਕੀ ਹੋਇਆ ਵਾ ਕਿਹੜੀ ਮੋਰ ਦਾ ਪਾਲਿਆ ਜੇ ਆ ਜਿਹੜਾ ਨਵਾਬ ਜਿਹੜਾ ਨਿੱਕਾ ਵਾ ਹੈ ਆ ਮੋਟਰਸਾਈਕਲ ਲੱਤਾਂ ਮਾਰਨ ਦੇ ਆਹ ਫੜ ਚਾਬੀ ਇਹਨੂੰ ਮੋਟਰਸਾਈਕਲ ਨਹੀਂ ਦੇਣਾ ਇਸ ਤੋਂ ਬਾਅਦ ਉਹ ਗੱਲ ਕੀ ਹੋਈ ਏ ਗੱਲ ਕਾਦੀ ਹੋਣੀ ਆ ਇਹ ਮੇਰੇ ਪੇਕੇ ਆਉਣ ਲੱਗੇ ਆ ਜਾਓ ਜਾ ਕੇ ਸਮਾਨ ਲੈ ਆਓ ਹੱਦ ਹੋਈ ਆ ਹੈ ਤੇ ਮੰਮੀ ਫਿਰ ਕੀ ਏ ਜੇ ਆਉਣ ਲੱਗੇ ਆ ਜੇ ਕੋ 2-400 ਰੁਪਿਆ ਲੱਗ ਜੇਗਾ ਕਿੱਡੀ ਕਾਖਰਾ ਚਲੀ ਏ ਵੇ ਤੇਰੇ ਸਹੁਰੇ ਨੇ ਮੇਣੇ ਮਾਰਨ ਡਿਆ ਸੀਗਾ ਅੱਲਾ ਦੇ ਮਾਪਿਆਂ ਨੂੰ ਗੱਲਾਂ ਡਿਆ ਸੀ ਕਰਨਾ ਉਹਨਾਂ ਨੇ ਕਿਹੜੀ ਗੱਲਾਂ ਵਿੱਚ ਲਿਆਉਂਦੇ ਗੱਲ ਤੁਹਾਡੀ ਆਪਸ ਵਿੱਚ ਹੁੰਦੀ ਆ ਤੇ ਉਹਨਾਂ ਨੂੰ ਐਵੇਂ ਤੁਸੀਂ ਵਿੱਚ ਲਿਆਉਂਦੇ ਉਹ ਕੀ ਕਹਿੰਦੇ ਇਹਨਾਂ ਨੂੰ ਮੈਂ ਤਾਂ ਨਹੀਂ ਪੁੱਤ ਲਿਆਉਂਦੀ ਆ ਜਿਹੜੀ ਆ ਨਾ ਕਾਲੀ ਇਹਦੇ ਸਿਆਪੇ ਨੂੰ ਸਾਰੇ ਘਰ ਦੇ ਵਿੱਚ ਪਾਏ ਮੰਮੀ ਹੈਦਾਂ ਨਾ ਕਿਆ ਕਰੋ ਜੇ ਚੱਲੇ ਤੇ ਤੁਸੀਂ ਜਾਣ ਦੇਣਾ ਸੀ ਤੇ ਪਰਪਿੰਦਰ ਉਹਨਾਂ ਨੇ ਵਿੱਚ ਲਿਆਉਂਦੀ ਕੀ ਲੋੜ ਆ ਮੇਰੇ ਮੰਮੀ ਡੈਡੀ ਕਿਹੜਾ ਕੁਝ ਕਹਿੰਦੇ ਇਹਨਾਂ ਨੂੰ ਤੂੰ ਚੁੱਪ ਕਰ ਮੈਂ ਜਿਹੜੀ ਗੱਲ ਕਰਨ ਦਿਆ ਤੂੰ ਮੈਨੂੰ ਦੱਸ ਸਾਡੇ ਗਿਆਨ ਦੇ ਉੱਥੇ ਕਿੰਨੇ ਕੁ ਚਾਹ ਕਰਦੇ ਆ ਹੈ ਬੜਾ ਤੇਰੇ ਵਾਸਤੇ ਲਿਆਉਂਦੇ ਆ ਠੰਡਾ ਮੰਮੀ ਕਰਦੇ ਆ ਸਹੀ ਨੇ ਕੀ ਕਰਦੇ ਆ ਮੈਂ ਨਹੀਂ ਇਦਾਂ ਕਰਿਆ ਕਰ ਸੜੇ ਬਿਸਕਟ ਰੱਖ ਕੇ ਮਠਾ ਦਮ ਦਿੰਦੇ ਸਾਡਾ ਕਰਦੇ ਬੜਾ ਵਾ ਚੁੱਪ ਕਰ ਜਾ ਤੂੰ ਵੀ ਲੱਗਾ ਮੈਂ ਤਾਂ ਕਰਨ ਭਰਾ ਦੀਆਂ ਤੁਹਾਨੂੰ ਉਦਾਂ ਹੀ ਕਰਾਉਣੀ ਹੁੰਦੀ ਹੈ ਨਹੀਂ ਵੇ ਚੁੱਪ ਕਰ ਜਾ ਜਵਾਨ ਅੰਦਰ ਪਾ ਲਾ ਅੱਗੇ ਇੱਕ ਲੱਗਾ ਖਾਣ ਮੇਰੇ ਕੋ ਲੱਗਦਾ ਤੂੰ ਵੀ ਖਾ ਲੈਣੀ ਆ ਵਾ ਬੋਲੀ ਜਾਂਦੇ ਆ ਮਰੋ ਲੜਦੇ ਰਹੋ ਵੇਖ ਪੁੱਤ ਤੇਰੇ ਪੇਕਿਆਂ ਦਾ ਕੀ ਕਸੂਰ ਵਾ ਤੇਰੇ ਪੇਕਿਆਂ ਨੇ ਮੇਣੇ ਮਾਰਨ ਡੈਪੀ ਨਾਲ ਲੱਗ ਕੇ ਉਹਦੇ ਮੰਮੀ ਮੈਂ ਕਹਿੰਦੇ ਪਿਓ ਕਿਹੜਾ ਕੁਝ ਕਹਿੰਦੇ ਨੇ ਨਹੀਂ ਜਰਿਆ ਨਹੀਂ ਜਾਂਦਾ ਹੁਣ ਤੂੰ ਸੋਹਣੀ ਸੁਰੱਖੀ ਆ ਨਾ ਇਹ ਆ ਕਾਲੀ ਹੁਣ ਤੇਰੇ ਪੇਕੇ ਚੰਗੇ ਭਲੇ ਕਹਿੰਦੇ ਕਹਾਉਂਦੇ ਤੇ ਇਹ ਨਖਤੇ ਨੰਗ ਆਪੇ ਮਰਨਾ ਤੇ ਹੈ ਹੀ ਆ ਫਿਰ ਠੀਕ ਵਾ ਨਾ ਪਰ ਮੰਮੀ ਆਹ ਗੱਲ ਨਹੀਂ ਮੈਨੂੰ ਚੰਗੀ ਲੱਗਦੀ ਹੈਗੀ ਕਿ ਗੱਲ ਇਹਨਾਂ ਦੀ ਹੋਣ ਦੇ ਤੇ ਵਿੱਚ ਤੁਸੀਂ ਉਹਨਾਂ ਨੂੰ ਲੈ ਆਉਂਦੇ ਹੋ ਨਹੀਂ ਮੈਂ ਨਹੀਂ ਲਿਆਉਂਦੀ ਉਹ ਲਿਆਉਂਦੇ ਆ ਉਹਦੇ ਗੱਲ ਪੈ ਜਾ ਕੇ ਕਾਲੀ ਦੇ ਸਿਆਪੇ ਦੇ ਸਾਰੇ ਉਹਦੇ ਆ ਉਹਦੇ ਮਾਂ ਪਿਓ ਨਹੀਂ ਕਲਾ ਤਾਂ ਪਈ ਉਹ ਘਰ ਦੇ ਵਿੱਚ ਚੱਲ ਉੱਠੋ ਤਾਂ ਆਪ ਤੁਸੀਂ ਕਿੱਡੇ ਮਜੇ ਨਾਲ ਕੇ ਤੇ ਲੰਮੇ ਪੈ ਗਏ ਹੋ ਤੁਹਾਨੂੰ ਕੋਈ ਨਹੀਂ ਕਿ ਤੁਹਾਡਾ ਭਰਾ ਕਿੰਨੀਆਂ ਗੱਲਾਂ ਕਰਨ ਦੇ ਤੁਹਾਡੇ ਸਹੁਰਿਆਂ ਨੂੰ
ਐਵੇਂ ਮੰਮੀ ਦੀਆਂ ਗੱਲਾਂ ਚ ਆਣ ਕੇ ਨਾ ਗੁੱਸਾ ਨਾ ਕਰੀ ਜਾ। ਗੁੱਸਾ ਕਿਉਂ ਨਾ ਕਰਾਂ ਪਿੰਦਰ, ਉਹਨਾਂ ਦਾ ਭਲਾ ਵਿੱਚ ਕੀ ਕਸੂਰ ਆ? ਜਿਹੜੀ ਕੋਈ ਗੱਲ ਕਰਨੀ ਆਪਸ ਵਿੱਚ ਕਰਨ, ਹਾਂ ਉਹ ਕੀ ਕਹਿਣ ਦੇ ਇਹਨਾਂ ਨੂੰ? ਉਹ ਨਵਦੀਪ ਉਹਨੇ ਗੁੱਸੇ 'ਚ ਬੋਲਤਾ ਹੈ, ਉਹ ਉਦਾਂ ਥੋੜੀ ਇਦਾਂ ਦਾ ਹੈਗਾ। ਗੁੱਸੇ 'ਚ ਉਹਨਾਂ ਨੇ ਹੀ ਬੋਲਣਾ ਸੀ, ਤੁਹਾਨੂੰ ਨੀ ਕੁਛ ਕਹਿ ਸਕਦੇ, ਮੈਨੂੰ ਨੀ ਕੁਛ ਕਹਿ ਸਕਦੇ ਹੋ? ਜੇ ਉਹ ਚੱਲਿਆ ਸੀ ਤੇ ਕਿੱਡੀ ਕੁ ਗੱਲ ਸੀ, ਮੰਮੀ ਜਾਣ ਦਿੰਦੀ ਹਾਂ, ਹੁਣ ਤੇਰੇ ਮਾਂ ਪਿਓ ਆਉਂਦੇ ਨੇ ਤੇ ਕਿੰਨਾ ਚਾਅ ਕਰੀਦਾ। ਤੇ ਮੈਂ ਕਿਹੜਾ ਕਹਿੰਦੀ ਨਾ ਲੈ ਕੇ ਆਉਣ ਕੁਛ, ਮੇਰੇ ਵੱਲੋਂ ਜੋ ਮਰਜ਼ੀ ਲੈ ਕੇ ਆਉਣ, ਮੈਂ ਕਿਹੜੇ ਜੇਬ 'ਚ ਕੱਢ ਕੇ ਪੈਸੇ ਦੇਣੇ ਕਿ ਜਿਹੜੀ ਮੈਨੂੰ ਤੰਗੀ ਹੋਣਦੀ ਹੈ? ਪਰ ਮੇਰੇ ਪੇਕਿਆਂ ਨੂੰ ਕਦ ਲਈ ਗੱਲਾਂ ਕਰਾਉਂਦੇ ਨੇ? ਉਹ ਚੱਲ ਕੋਈ ਨਹੀਂ, ਠੰਡੀ ਰਹਿ ਦੋ। ਕਿਉਂ ਪਿੰਦਰ, ਆ ਕਿੱਦਾਂ ਦੀ ਗੱਲ ਹੋਈ? ਤੁਹਾਡਾ ਫਰਜ਼ ਨਹੀਂ ਬਣਦਾ ਜਾ ਕੇ ਗੱਲ ਕਰਨ ਦਾ? ਅੱਛਾ ਹੁਣ ਮੈਂ ਜਾ ਕੇ ਲੜਾ ਹਨਾ ਉਹਦੇ ਨਾਲ? ਨਹੀਂ, ਅੱਜ ਉਹਨੇ ਗੱਲ ਕੀਤੀ, ਕੱਲ ਨੂੰ ਫੇਰ ਕਰੇਗਾ, ਤੇ ਤੁਸੀਂ ਜਾ ਕੇ ਹੁਣੇ ਗੱਲ ਕਰੋ। ਹਾਂ ਨਵਦੀਪ, ਲੜਾਈ ਨਾ ਪਾਓ ਘਰ ਵਿੱਚ। ਲੜਾਈ ਨਾ ਪਾਓ, ਲੜਾਈ ਤੇ ਇਹ ਸ਼ੁਰੂ ਕਰਦੇ ਨੇ। ਕੀ ਪਤਾ ਉਹਨੇ ਕਿਹਾ ਵੀ ਇਹ ਕਿ ਨਹੀਂ, ਤੂੰ ਸੁਣਿਆ ਸੀ? ਨਾ ਮੰਮੀ ਦਾ ਦਿਮਾਗ ਖਰਾਬ ਆ ਕਿ ਜਿਹੜੇ ਮੰਮੀ ਬਿਨਾਂ ਮਤਲਬ ਤੋਂ ਕਹੀ ਜਾਂਦੇ ਕਿ ਤੇਰੇ ਪੇਕਿਆਂ ਨੂੰ ਦੇ ਇਹ ਗੱਲਾਂ ਕਰਨ? ਮੇਰੀ ਸੁਣ ਗੱਲ, ਸਾਰੀਆਂ ਗੱਲਾਂ ਛੱਡ ਦੇ, ਤੇ ਤੈਨੂੰ ਪਤਾ ਭਾਬੀ ਕਿਹੜੇ ਹਾਲਾਤ 'ਚ ਹੈ, ਆਪਣਾ ਕੰਮ ਕੁੰਮ ਕਰ ਲਾ, ਸਫਾਈ ਸਫੂਈ ਕਰ, ਮੁੜ ਕੇ ਤੇ ਮਾਂ ਪਿਓ ਆਉਣ ਵਾਲੇ ਨੇ। ਢੱਠੇ ਖੂਹ 'ਚ ਪਏ ਤੇਰਾ ਕੰਮ, ਮੈਂ ਨਹੀਂ ਕਰਨਾ ਹੈਗਾ। ਜਿਹੜੇ ਮੇਰੇ ਪੇਕਿਆਂ ਨੂੰ ਗੱਲਾਂ ਕਰਾਉਂਦੇ ਨੇ ਤੇ ਮੈਂ ਉਹਨਾਂ ਦੇ ਪੇਕਿਆਂ ਵਾਸਤੇ ਉਹਨਾਂ ਨੂੰ ਸਫਾਈਆਂ ਕਰਾਂ, ਮੈਂ ਨਹੀਂ ਜੇ ਕੁਝ ਵੀ ਕਰਨਾ, ਆਪੇ ਕਰਨਾ, ਕਰਨਾ ਨਹੀਂ ਕਰਨਾ ਨਾ। ਯਾਰ ਗੱਲ ਤੇ ਸੁਣ ਤੂੰ, ਮੈਂ ਨਹੀਂ ਪਿੰਦਰ ਸੁਣਨੀ ਗੱਲ। ਉਹ ਵੀ ਤਾਂ ਕਰਦੀ ਹੈ ਨਾ, ਜਦੋਂ ਕੋਈ ਆਉਂਦਾ ਵਿਚਾਰੀ ਇਕੱਲੀ ਕੰਮ ਕਰਦੀ ਰਹਿੰਦੀ, ਤੇ ਜੇ ਹੁਣ ਕਰ ਦੇਂਗੇ ਤੇ ਫਿਰ ਕੀ ਹੋ ਚੱਲਾ? ਤੂੰ ਲੱਸੀ ਮੈਂ ਨਹੀਂ ਕੁਛ ਵੀ ਕਰਨਾ, ਉਦਾਂ ਮੈਂ ਸਾਰਾ ਕੁਝ ਕਰਨਾ ਹੈ, ਪਰ ਮੇਰੇ ਮਾਂ ਪਿਓ ਨੂੰ ਦੇਣ ਗੱਲਾਂ ਕਰਨ, ਮੈਂ ਹੁਣ ਕਾਹਦੇ ਲਈ ਕਰਾਂ? ਕਰਨਾ, ਕਰਨਾ ਨਹੀਂ ਕਰਨਾ ਨਾ ਕਰਨਾ। ਚੱਲ ਜਾ ਫਿਰ, ਉੱਠ ਜਾ ਮੇਰੇ ਲਾਗੋਂ, ਤੇ ਤੁਸੀਂ ਚੱਲ ਜਾਓ, ਹਜੇ ਤੁਹਾਨੂੰ ਮੈਂ ਨਹੀਂ ਮਾਸਾ ਵੀ ਚੰਗੀ ਲੱਗਦੀ। ਤੇ ਲੜਨਾ ਹੀ ਤੇ ਫਿਰ ਕਾਹਦੇ ਲਈ ਆਈ ਹੈ ਮੇਰੇ ਲਾਗੇ? ਹੱਥ ਹੋ ਗਈ ਤੁਹਾਡੇ ਵਾਲੀ, ਉਹ ਜਾ ਹਿੱਲ ਪੈ ਗਾ। ਮੈਂ ਪਿੰਦਰ ਕੁਝ ਨਹੀਂ ਕਰਨਾ, ਮੈਂ ਇੱਕ ਵਾਰੀ ਕਹਿਤਾ ਵਾ ਨਾ, ਮੈਨੂੰ ਨਾ ਬਾਰ ਬਾਰ ਕਹੋ, ਜਾਓ ਦੋਵੇਂ ਭਰਾ ਕਰਦੇ ਰਹੋ। ਮੈਂ ਉਹਨਾਂ ਨਾਲ ਮੰਮੀ ਨੂੰ ਜਾਓ ਕਹਿ ਲਓ, ਜਿੰਨੂੰ ਮਰਜ਼ੀ ਕਹਿ ਲਓ, ਆਪੇ ਕਰਨਗੇ, ਨਾਲੇ ਇਹਨਾਂ ਨੂੰ ਪਤਾ ਲੱਗੇਗਾ। ਕਿੱਡਾ ਪਖੰਡ ਬਣਾਇਆ ਇਹਨਾਂ ਨੇ, ਜਦੋਂ ਮਰਜ਼ੀ ਮੂੰਹ ਚੁੱਕ ਕੇ ਉਹਨਾਂ ਨਾਲ ਗੱਲਾਂ ਕਰ ਦਿਓ, ਤੇ ਮੈਂ ਕਾਹਦੇ ਲਈ ਹੁਣ ਕੰਮ ਕਰਾਂ? ਗੇਟ ਕਰ ਹਾਂ ਬੰਦ। ਬਸ ਆ ਵੇਖੋ ਲੱਗੀ ਕਰ। ਕਮਾਲ ਲਾਇਆ ਥੋੜਾ ਜਿਹਾ, ਠੀਕ ਠੀਕ, ਉਹ ਵੀ ਡਿੱਗ ਪਿਆ ਵਾ।
ਰੱਬ ਦੇ ਨਾਲ ਗਾਣ ਬੰਦਾ ਕਰੇ ਵੀ ਕੀ ਆਹੋ ਇਹ ਤੇ ਗੱਲ ਹੈ ਜੀ ਪੁੱਤਰ ਤੇ ਗਾਣੀ ਜ਼ੋਰ ਥੋੜਾ ਕੋਈ ਹੋਰ ਆਪਣੇ ਕਿੱਦਾਂ ਆਪਣੇ ਧਾਰੇ ਵਾਲ ਹੋਏ ਦੱਸਣ ਦੇ ਜਿੱਦਾਂ ਤੁਸੀਂ ਬਾਗਮਤੀ ਸਾਡੀ ਚਲੋ ਪੁੱਤਰ ਤੋਂ ਵਾਲੇ ਲਿਆ ਨਹੀਂ ਜੇ ਆਪਣੀ ਮਾਂ ਨੂੰ ਕਿਹਾ ਪਾਣੀ ਪੂਣੀ ਲੈ ਗਿਆ ਹਾਂਜੀ ਠੀਕ ਹੈ ਮੈਂ ਮਾਂ ਮਰ ਗਈ ਪਾਣੀ ਲਿਆਉਂਦੀ ਮਾਂ ਦੇ ਡਿੱਗੇ ਪਾਣੀ ਅਮਨ ਬੜੀ ਖੁਸ਼ ਨਾ ਚੱਲ ਚੱਲ ਪਿਆ ਦਿੰਦੀ ਚਲੋ ਦਵਾਈ ਦੁਵਾਈ ਕਰਾਈ ਆ ਸਾਰੇ ਟੈਸਟ ਟੂਸਟ ਵਧੀਆ ਹੀ ਆ ਗਏ ਆ ਤੇ ਹੁਣ ਮੈਂ ਠੀਕ ਹਾਂ ਠੀਕ ਹੈ ਦਵਾਈ ਚੱਲਦੀ ਹੈ ਜੇ ਕਿ ਬੰਦ ਹੋ ਗਈ ਨਹੀਂ ਹੁਣ ਤੇ ਮੈਂ ਨਾ ਮਾਤਰ ਜੀ ਖਾਣਾ ਮਾੜੀ ਮੋਟੀ ਉਹ ਨਾਲੇ ਦਿਨ ਦੇ ਬਦਲੀ ਹੁੰਦੇ ਆ ਹਾਂਜੀ ਮੌਸਮ ਦਾ ਫਰਕ ਪੈ ਗਿਆ ਦਾ ਕਰਕੇ ਆ ਗਰਮੀ ਨੇ ਹੋਇਆ ਸਾਰਾ ਪੰਗਾ ਹਾਂਜੀ ਹਾਂਜੀ ਹਾਂ ਨਹੀਂ ਆਪਣਾ ਧਿਆਨ ਤੇ ਰੱਖਿਆ ਕਰੋ ਹੁਣ ਤੇ ਹੋਰ ਰੱਖੀ ਦਾ ਬਥੇਰਾ ਪਰ ਹੁਣ ਜੋ ਹੋਣਾ ਹੋ ਹੀ ਜਾਣਾ ਸਾਨੂੰ ਹੁਣ ਗੱਲਾਂ ਹੀ ਕਰਨੀਆਂ ਕਿ ਚਾਹ ਪਾਣੀ ਵੀ ਜਾਣਾ ਨਹੀਂ ਮੈਂ ਲੈਣੀ ਬਣਾ ਕੇ ਤਾਂ ਮੇਰੇ ਕੋ ਤਾਂ ਚੁੱਕ ਰੱਖ ਭਾਂਡੇ ਕੱਢ ਕੇ ਕੋਈ ਗੱਲ ਨਹੀਂ ਚਾਹ ਪਾਣੀ ਪੀ ਲਾਂਗੇ ਪਹਿਲਾਂ ਹੀ ਆ ਗਏ ਨੈਸ਼ ਕੇ ਥਾਂ ਦੇ ਸਵੇਰੇ ਸਵੇਰੇ ਕਲਾ ਕਰਾ ਕੇ ਰੱਖਦੀ ਸਾਰੇ ਘਰ 'ਚ ਸੂਟ ਵੇਖਲਾ ਉਹੋ ਹੀ ਪਾਇਆ ਖੱਟਾ ਜਿਹਾ ਲਾਉਂਦੀ ਨਹੀਂ ਗਲੋਂ ਇਹੋ ਤਾਂ ਹੈਗਾ ਇੱਕ ਅਤੇ ਕੁੜੀ ਐਂ ਗੱਲਾਂ ਕਰਦੀ ਹੈ ਜਿੱਦਾਂ ਪਤਾ ਨਹੀਂ ਕਿੱਡੇ ਕੁ ਚੰਦਰੇ ਦੀ ਹਿੱਸਾ ਦੇ ਆ ਹਾਂ ਇੱਕ ਤਾਂ ਅਮਨ ਪਤਾ ਨਹੀਂ ਕਿੱਥੇ ਦਫਾ ਹੋ ਗਈ ਆ ਹੁਣ ਨਹੀਂ ਤੂੰ ਕਿੱਥੋਂ ਆਈ ਆ ਮੰਮੀ ਉਹ ਵੀਰ ਕਹਿਣ ਡਿਆ ਸੀ ਉਹਨਾਂ ਨੂੰ ਪਾਣੀ ਪਿਆ ਦੇ ਨਹੀਂ ਤੂੰ ਕੋ ਗਈ ਸੀ ਪਾਣੀ ਪਿਆ ਲੈਣ ਹੈ ਉਹ ਜਾਂਦੀ ਉਹ ਪਿਆਲਦੀ ਪਾਣੀ ਜਿਹੜੀ ਕੰਨ ਭਰਦੀ ਫਿਰਦੀ ਅੰਦਰ ਵੜ ਵੜ ਕੇ ਮੰਮੀ ਮੈਂ ਕੀ ਕਰਦੀ ਫਿਰ ਵੀਰ ਆਣ ਕੇ ਮੇਰੇ ਨਾਲ ਲੜਨ ਡਿਆ ਸੀ ਉਹ ਟੁੱਟ ਟੁੱਟ ਪੈਣ ਡਿਆ ਸੀ ਮੈਨੂੰ ਤੈਨੂੰ ਆਹੋ ਇਹਦੀ ਹਿੰਮਤ ਕੁਛ ਜ਼ਿਆਦਾ ਹੀ ਵੱਧ ਹੀ ਜਾਣ ਡਈ ਆ ਇਹਦੇ ਚੌਲ ਨੂੰ ਠੰਡੇ ਕਰਨੇ ਪੈਣੇ ਆ ਪਰ ਮੰਮੀ ਇੱਕ ਕੰਮ ਮੈਂ ਚੰਗਾ ਕੀਤਾ ਉਹਦੀ ਮਾਂ ਨਾ ਉੱਠ ਕੇ ਮੈਨੂੰ ਮਿਲਣ ਲੱਗੀ ਸੀ ਮੈਂ ਨਹੀਂ ਮਿਲਿਆ ਮੈਂ ਇਗਨੋਰ ਮਾਰ ਕੇ ਆ ਗਈ ਆਹ ਚੰਗਾ ਕੀਤਾ ਜੀ ਆਹ ਦਿੱਤਾ ਸਬੂਤ ਮੇਰੇ ਧੀ ਹੋਣ ਦਾ ਠੀਕ ਵਾ ਨਾ ਆਏ ਕਿਸੇ ਥਾਂ ਦੇ ਨੰਗ ਜੇ ਨਹੀਂ ਨਾਲ ਵੀ ਕੁਛ ਲੈ ਕੇ ਆਏ ਕਿ ਜਾਂ ਉੱਦਾਂ ਹੀ ਆ ਗਏ ਖਾਲੀ ਹੱਥੀ ਮੰਮੀ ਇਹ ਨਹੀਂ ਮੈਨੂੰ ਪਤਾ ਉੱਥੇ ਕਾਲਾ ਜਿਹਾ ਲਿਫਾਫਾ ਪਿਆ ਸੀ ਬੈੱਡ ਤੇ ਕੀ ਪਤਾ ਕੀ ਲੈ ਕੇ ਆਏ ਸੜੇ ਕੇਲੀਆਂ ਲੈ ਕੇ ਆਏ ਹੋਰ ਕੀ ਲਿਆਉਣਾ ਇਹਨਾਂ ਨੇ ਉਹ ਲਿਆਉਂਦੇ ਹੁੰਦੇ ਇੰਨੀ ਇੰਨੀ ਕੇਲੀਆਂ ਪਤਾ ਨਹੀਂ ਪਰ ਮੰਮੀ ਮੈਨੂੰ ਇੱਦਾਂ ਲੱਗਣ ਡਿਆ ਜਿੱਦਾਂ ਸੇਬ ਜੇ ਸੀ ਸੇਬ ਵੀ ਕੀ ਇੱਦਾਂ ਸੀ ਛੋਟੇ ਛੋਟੇ ਭਾਵੇਂ ਸੇਬੀਆਂ ਹੀ ਹੋਣ ਕੀ ਪਤਾ ਵਾ ਘਰੋਂ ਹੀ ਕੋਈ ਤੋੜ ਤਾੜ ਲਿਆਈ ਹੋਣੀ ਆ ਸੇਬ ਲਿਆਉਣ ਡਏ ਆ ਚੰਦਰੇ 100 ਰੁਪਏ ਕਿਲੋ ਆ ਸੇਬ ਲਿਆਉਣ ਲੱਗੇ ਆ ਵੇਖਾ ਹੁਣ ਨਾ ਮੇਰੀ ਗੱਲ ਸੁਣਾ ਧਿਆਨ ਨਾ ਉੱਠੀ ਨਾ ਇੱਥੇ ਅੰਦਰੇ ਬੈਠੀ ਰਹਿ ਮੇਰੇ ਲਾਗੇ ਮੈਂ ਵੀ ਨਹੀਂ ਮੱਥੇ ਲੱਗਣਾ ਇਹਨਾਂ ਨੰਗਾਂ ਦੇ ਚਾਹ ਨਹੀਂ ਬਣਾਉਣੀ ਠੀਕ ਆ ਨਾ ਤੇ ਮੰਮੀ ਮੈਂ ਤਾਂ ਨਾ ਬਣਾਉਂਗੀ ਭਾਵੇਂ ਨਾ ਭਾਵੀ ਬਣਾ ਕੇ ਪਿਆ ਦੇ ਨਹੀਂ ਨਵ ਨਵ ਦੇ ਪੇਕਿਆਂ ਤਾਂ ਬੜਾ ਬੁਰਾ ਭਲਾ ਬੋਲਿਆ ਵਾ ਉਹ ਤਾਂ ਰਿੱਝਣ ਡਈ ਆ ਚਾਹ ਕਾਹਨੂੰ ਸਵਾਹ ਨਾ ਪਾਓ ਇਹਦੇ ਸਿਰ 'ਚ
ਮੇਰੀਆਂ ਬਾਹਾਂ ਨੀ ਆਕੜੀਆਂ ਤੇਰੇ ਮੰਮੀ ਹੁਣਾਂ ਨੂੰ ਮਿਲ ਲਖਣੋ, ਠੀਕ ਆ ਨਾ? ਜਿੰਨਾ ਮੇਰਾ ਮੁੰਡਾ ਮੇਰੇ ਗਾੜੀ ਬੋਲਿਆ ਨਾ ਤੇਰੇ ਕਰਕੇ, ਮੈਨੂੰ ਬਹੁਤ ਧੱਪ ਚੜਿਆ ਈ ਓ। ਇਹ ਨਾ ਹੋਵੇ ਉਹਨਾਂ ਦੇ ਸਾਹਮਣੇ ਤੁਹਾਡੀ ਬੇਇੱਜ਼ਤੀ ਹੋ ਜਾਏ। ਫੇਰ ਦੱਸ ਮੰਮੀ, ਘਰ ਦੀ ਗੱਲ ਘਰ ਚ ਰਹਿਣ ਦਿਆ ਕਰੋ, ਕਿਸੇ ਦਿਆਂ ਥੋੜਾ ਇਦਾਂ ਕਰੀਦਾ ਵਾ। ਮੈਂ ਤੈਨੂੰ ਪਹਿਲਾਂ ਵੀ ਦੱਸਿਆ ਨਾ, ਮੱਤਾਂ ਨਾ ਦੇ ਬਹੁਤੀਆਂ ਮੈਨੂੰ, ਚੁੱਪ ਕਰਕੇ ਚੱਲ ਜਾ ਮੇਰੇ ਲਾਗੋਂ, ਭਲੀ ਚਾਹੁੰਦੀ ਆ ਤੇ। ਭਾਬੀ ਪਤਾ ਨੀ ਕੀ ਸਿਖਾਉਂਦੇ ਰਹਿੰਦੇ ਤੁਸੀਂ ਵੀਰ ਨੂੰ, ਉਹ ਤੇ ਮੈਨੂੰ ਵੀ ਟੁੱਟ ਟੁੱਟ ਕੇ ਪੈਂਦਾ ਵਾ। ਦੱਸ ਮੈਂ ਉਹਨੂੰ ਕੀ ਕਿਹਾ ਸੀਗਾ? ਨਹੀਂ, ਇਹਦਾ ਕੰਮ ਹੀ ਇਹੋ ਵਾ, ਜਿੱਦਾਂ ਦੀ ਉੱਤੋਂ ਕਾਲੀ ਉੱਦਾਂ ਦੀ ਵਿੱਚੋਂ ਵੀ ਕਾਲੀ ਆ, ਸਾਰਾ ਦਿਨ ਚੁੱਕਦੀ ਰਹਿੰਦੀ ਆ ਉਹਨੂੰ। ਮੇਰੇ ਪੁੱਤ ਨੂੰ ਤੇ ਪੋਟੀ ਛੱਡਿਆ ਵਾ, ਕਾਹੇ ਜੋਗਾ ਛੱਡਿਆ ਹੀ ਇਹਨੇ ਕਾਲੀ ਨੇ। ਜਾ ਮਿਲ ਜਾ ਕੇ ਆਪਣੀ ਮਾਂ ਨੂੰ, ਕਿੱਡੀਆਂ ਬਾਹਾਂ ਆਕੜੀਆਂ ਵਾ, ਪੈਰ ਤੇ ਲੰਮੇ।